रात ही चलूगी देखने के तो चलूगी मम्मी भी कवाली कर दी तो मेले च निक्की निक्की पीढ़ी लकड़ का समान है सारा इत्थे ब्रेकफास्ट कर चुके हैं ते सारे हुण उधर देखते हैं सवेरे सवेरे बुढ़िया सूट कढ़ियां बैठियां आपदा आपदा भी केड़ा सियाउणा केड़ा नहीं सियाउणा हुण दिखाउंदे आ हाँ देखो सवेरे सवेरे सूटां दा गल्लां बस भैन ने सांभ ली आपकी पुरानी दुकान इतने आके ਆਪੀਆ ਮਸ਼ੀਨ ਹੈ ਜੀ ਸਿੰਪਲ ਸਿੰਪਲ ਬੋਲਣਾ ਨਹੀਂ ਪਾ ਕਿੰਨਾ ਕਹਿੰਦਾ ਸੀ ਇਹ 1200 ਦਾ ਲਾਇਆ ਸੀ ਹਾਂ ਇਹ 1200 ਦਾ ਲਾਇਆ ਸੀ ਇਹ ਉਹਨਾਂ ਦੇ ਬੰਦ 700 ਰੁਪਏ 650 ਰੁਪਏ ਆਪਾਂ ਹੋ ਗਏ ਰੈਡੀ ਜੇ ਇੱਧਰ ਰੈਡੀ ਹੋ ਰਹੇ ਨੇ ਤੇ ਫਿਰ ਆਪਾਂ ਜਾਵਾਂਗੇ ਇੱਥੇ ਮੱਥਾ ਟੇਕ ਕੇ ਆਉਣਾਗਾ ਅਸੀਂ ਅੱਜ ਤੁਹਾਨੂੰ ਪਤਾ ਹੀ ਆ ਦਮਦਮਾ ਦੇ ਵਿਸਾਖੀ ਸ੍ਰੀ ਦਮਦਮਾ ਸਾਹਿਬ ਦੀ ਵਿਸਾਖੀ ਪੂਰੀ ਮਸ਼ਹੂਰ ਆ ਤੇ ਪੂਰਾ ਇਕੱਠ ਹੁੰਦਾ ਇੱਥੇ ਹੁਣ ਜਾਵਾਂਗੇ ਅਸੀਂ ਮੱਥਾ ਟੇਕਣ ਜਾਵਾਂਗੇ ਅਸੀਂ ਜਾਂਦੇ ਹੁੰਦੇ ਹਾਂ ਤਾਂ ਤੁਹਾਨੂੰ ਦਿਖਾਵਾਂਗੇ ਉੱਥੇ ਕਿੰਨਾ ਇਕੱਠ ਹੋਇਆ ਪਿਆ ਉੱਥੇ ਮੇਕਅਪ ਤਾਂ ਬਸ ਕੁੜੀਆਂ ਦੀ ਜਾਣ ਹੈ ਹਨਾ ਤੇ ਹੈਗਾ ਹੀ ਆ ਹਾਂ ਦੇਖੋ ਕੋਈ ਸ਼ੱਕ ਡਬਲ ਸਟੋਰੀ ਵਾਲੀ ਕਿੱਟ ਹੈ ਇਹਦੇ ਕੋਲੇ ਡਬਲ ਸਟੋਰੀ ਹਾਂ ਇੱਕ ਥੱਲੇ ਆ ਇੱਕ ਜਿੱਪ ਉੱਤੇ ਆ ਉਹ ਜੀ ਪਹੁੰਚ ਗਏ ਆਪਾਂ ਸ੍ਰੀ ਦਮਦਮਾ ਸਾਹਿਬ ਤੇ ਦੇਖੋ ਇੱਧਰ ਸਾਥੀ ਦਾ ਇਕੱਠ ਹੌਲੀ ਹੌਲੀ ਭਰੀ ਜਾ ਰਿਹਾ ਉਹ ਤਾਂ ਰੌਣਕ ਲੱਗੀਆਂ ਤੇ ਲੱਗਣਗੀਆਂ ਸਾਰੀਆਂ ਪੁਲਿਸ ਵੀ ਬਹੁਤ ਆਈ ਹੋਈ ਹੈ ਦੇਖੋ ਇੱਧਰ ਸਾਰੀ ਸਜਾਵਟ ਵਗੈਰਾ ਕੀਤੀ ਹੋਈ ਹੈ ਸਜਾਵਟ ਵੀ ਬਹੁਤ ਸੋਹਣੀ ਕੀਤੀ ਹੋਈ ਹੈ हाँ इतों कड़ाह प्रसाद लो लड़िया लुणिया भी ला रखी इत पूरी सजावट की हुई है रात को पता लगू लाइटा का तो इतने पंडाल भी लाता उ वधिया कूलर कर लाए आ पखे लाए आ ठंडा रहा पंडाल सारा दिखाने थोड़ा पंडाल हाँ देखो कूलर लगे बड़े कूलर ही लगे आ सारे पखे भी किन्ने किन्ने लाए हुए ਦੂਜੇ ਪਾਸੇ ਵੀ ਐਂ ਲਾਇਆ ਹੁਣ ਇੱਥੇ ਕਿੱਧਰ ਉਹ ਕਿੰਨਾ ਇਕੱਠ ਹੋਇਆ ਪਿਆ ਅੱਜ ਵੀ ਉਹ ਬਾਹਰ ਸੜਕ 'ਤੇ ਜਿੱਥੇ ਦੁਕਾਨਾਂ ਲੱਗੀਆਂ ਉੱਥੇ ਸਭ ਤੋਂ ਵੱਧ ਇਕੱਠ ਕਿਉਂਕਿ ਉੱਧਰ ਝੂਟੇ ਝਾਟੇ ਲੱਗੇ ਆ ਬਾਹਰਲੇ ਪਾਸੇ ਆ ਗਏ ਸੀਗੇ ਅਤੇ ਇੱਧਰ ਮੇਲਾ ਦੇਖੋ ਕਿੰਨਾ ਰਸ਼ ਆ ਚੱਕ ਪਾਣੀ ਪਾਣੀ ਛੜਕ ਕੇ ਪਰ ਚੱਕੜ ਕਰ ਰੱਖਿਆ ਹੈਗਾ ਇੱਧਰ ਜਲਜੀਰੇ ਦਾ ਸਪੀਲ ਲੱਗੀ ਆ ਗੰਨੇ ਦਾ ਭਾਂਡੇ ਦੀ ਦੁਕਾਨ ਕੱਪਾਂ ਕੁੱਪਾਂ ਦੀ ਕੰਚ ਦੇ ਭਾਂਡੇ ਵੀ ਵਿੱਚ ਕੱਪ ਕੁੱਪ 100 ਰੁਪਏ ਦੇ 6 ਕੱਪ ਉਹ ਮੇਲੇ 'ਚ ਨਿੱਕੀਆਂ ਨਿੱਕੀਆਂ ਪੀੜ੍ਹੀ ਲੱਕੜ ਦਾ ਸਮਾਨ ਆ ਸਾਰਾ ਇੱਥੇ ਹਾਂ ਦੇਖੋ ਬਹੁਤ ਸੋਹਣਾ ਸਮਾਨ ਬਣਿਆ ਨਿੱਕੀ ਜਿਹੀ ਮੰਜੀ ਇਹਦੇ ਪੈ ਜਾ ਮੰਜੀ 'ਤੇ शीशे टाकू भी आया हो चढ़ौल भी आई हुई घोड़े बड़े बड़े पानी की स्पील है पानी पीना झूठे जहाज आले जहाज से झूठा ले लो जिन्हें लेना सीधा चढ़ता जहाज और बड़ा पगूड़ा तो हाँ देखो पीपनी है ਆਪਾਂ ਅੱਜ ਬਣਾਇਆ ਕੜੀ ਚੌਲ ਤੇ ਆਪਾਂ ਖਾਣਾ ਗੁਰਦੁਆਰੇ ਕਿੰਨੇ ਲੰਗਰ ਲੱਗੇ ਸੀ ਗੁਰਦੁਆਰੇ ਬਹੁਤ ਲੰਗਰ ਤੂੰ ਖਾ ਲੈ ਸੀ ਕੋਈ ਨਹੀਂ ਖਾਵਾਂਗੇ ਇੱਥੇ ਹੀ ਹਜੇ ਲੰਗਰ ਤਾਂ 4-5 ਦਿਨ ਤੇ ਆਪਾਂ ਬਣਾਇਆ ਕੜੀ ਚੌਲ ਘਰੇ ਮੰਮੀ ਹੁਣਾਂ ਨੇ ਆ ਦੇਖੋ ਕੜੀ ਵੱਡੀ ਕੜਾਈ 'ਚ ਇੱਧਰ ਚੌਲ
ਤੜਕੇ ਵਾਲੀ ਯੂਨੀਅਨ ਹੈ ਨਹੀਂ ਉੱਥੇ ਆ ਦੇ ਸਾਰੇ ਘਰੇ ਵੀ ਐਂ ਖਾਣੀ ਹੁੰਦੀ ਪੈ ਕੇ ਲੈ ਦੇਖ ਲਾ ਲੈ ਐਂ ਖਾਂਦੀ ਆ ਉੱਥੇ ਵੀ ਦੱਸ ਗੁਰੂ ਤੋਂ ਆਦਤ ਐਂ ਬਣਾਈ ਦੀ ਆ ਫਿਰ ਰਾਤ ਜਾਂਦੀ ਨਹੀਂ ਨਾ ਸੁੱਤੀ ਪਈ ਉੱਠ ਖੜ ਹੁਣ ਓਏ ਉੱਠ ਉਹ ਉੱਠ ਗਿਆ ਸੀ ਤੇਰੇ ਨਾਲ ਸੁੱਤਾ ਸੀ ਜਿਹੜਾ ਕਦੋਂ ਦੀ ਸੁੱਤੀ ਪਈ ਦੋ ਘੰਟੇ ਹੋ ਗਏ ਜਦੋਂ ਦੇ ਉੱਥੋਂ ਆਏ ਆਪਾਂ ਵਾਪਸ ਰੋਟੀ ਖਾ ਕੇ ਚੌਲ ਚੂਲ ਖਾ ਕੇ ਹੁਣ ਦੀ ਸੁੱਤੀ ਪਈ ਹੈ ਤੂੰ ਹੁਣ ਉੱਠ ਜਾ ਚਾਰ ਵੱਜ ਗਏ ਡੱਕਦਾ ਇਹ ਇੱਥੇ ਆਪਾਂ ਦੇਖਣੀ ਆ ਫਰੋਕ ਬੱਚਿਆਂ ਦੇ ਕੱਪੜੇ ਕੱਪੜੇ ਲੈਣਾ ਆ ਹੈ ਦੇਖੋ ਇੱਧਰ ਡੈਕੋਰੇਟ ਕੀਤਾ ਹੋਇਆ ਪੂਰੀ ਤਰ੍ਹਾਂ ਭੂਤ ਦੇ ਮੂੰਹ ਆ ਕੇ ਮੈਡਮ ਹੁਣੇ ਬਾਜ਼ਾਰ ਜਾ ਕੇ ਕਿਉਂਕਿ ਇਹਨਾਂ ਨੇ ਸਮਾਨ ਦਾ ਲੈ ਕੇ ਆਉਣਾ ਥੋੜਾ ਜਿਹਾ ਆਪਦੇ ਸੂਟਾਂ ਦਾ ਕੁਛ ਲੈ ਕੇ ਆਉਣਾ ਲੈਸ ਲੂਸ ਵਗੈਰਾ ਉਹ ਲੈ ਆਉਂਦੀ ਆ ਸਮਾਨ ਲੈਣ ਦਾ ਲੈਸ ਵਗੈਰਾ ਲੈਣੀ ਸੀ ਉਹ ਆਪਾਂ ਲੈ ਆਉਂਦੀ ਆ ਕੱਲੀ ਲੈਸ ਲੈਣ ਜਾਣਾ ਸੀਗਾ ਤੇ ਗਏ ਚਾਰ ਜਣੇ ਤੇ ਹੁਣ ਟਾਈਮ 6:30-7 ਵੱਜ ਚੁੱਕੇ ਨੇ ਰਾਤ ਦੇ ਡਿਨਰ ਦੀ ਤਿਆਰੀ ਹੋ ਰਹੀ ਆ ਸਬਜ਼ੀ ਬਣੀ ਜਾਂਦੀ ਆ ਤੇ ਡਿਨਰ ਕਰਕੇ ਆਪਾਂ ਜਾਵਾਂਗੇ ਅੱਜ ਮੇਲੇ ਤੇ ਤੁਹਾਨੂੰ ਦਿਖਾਵਾਂਗੇ ਮੇਲਾ ਰਾਤ ਦੀ ਰਾਤ ਦਾ ਮੇਲਾ ਜਿਹੜਾ ਹੁੰਦਾ ਘੈਂਟ ਹੁੰਦਾ ਕਿਉਂਕਿ ਲਾਈਟਿੰਗ ਵਗੈਰਾ ਹੁੰਦੀਆਂ ਨਾ ਤੇ ਸੋਹਣੀਆਂ ਲੱਗਦੀਆਂ ਤੇ ਵਿਸਾਖੀ ਦਾ ਮੇਲਾ ਇੱਥੋਂ ਦਾ ਦਮਦਮਾ ਸਾਹਿਬ ਦਾ ਤੇ ਸਾਡੇ ਵਲੌਗ ਡੇਲੀ ਦੇਖਿਆ ਕਰੋ ਵਿਸਾਖੀ ਦੇ ਮੇਲੇ ਦੇ ਆਉਣਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇੱਧਰ ਆਟਾ ਗੁੰਨਣ ਦੀ ਵਾਰੀ ਹੋ ਚੁੱਕੀ ਹੈ ਸਟਾਰਟ ਤੇ ਇੱਧਰ ਮੈਡਮ ਜੀ ਆਟਾ ਗੁੰਨਦੇ ਗੁੰਨਦੇ ਮੂੰਹ ਕੱਤੋ ਕਿ ਆਏ ਕਿਹੜਾ ਕੀਤਾ ਤੁਸੀਂ ਹੈ ਤੇ ਹੁਣ ਨਹੀਂ ਵੀ ਪਾ ਗਈ ਆਟਾ ਗੁੰਨੋ ਅੱਛਾ ਹੋਰ ਨਾਲੇ ਠੰਡੇ ਪਾਣੀ ਨਾਲ ਗੁੰਨੀ ਜਾਂਦੇ ਹੋ ਠੰਡੇ ਪਾਣੀ ਨਾਲ ਹੀ ਗੁੰਨਿਆ ਜਾਂਦਾ ਸਰਦੀਆਂ 'ਚ ਤੁਸੀਂ ਗਰਮ ਕਰਦੇ ਹੋ ਸਰਦੀਆਂ 'ਚ ਗਰਮ ਨਾਲ ਤੇ ਗਰਮੀਆਂ 'ਚ ਠੰਡੇ ਨਾਲ ਹਾਂ ਗਰਮੀਆਂ 'ਚ ਗਰਮ ਨਾਲ ਗੁੰਨਿਆ ਕਰੋ ਸਰਦੀਆਂ 'ਚ ਤੁਸੀਂ ਗਰਮ ਪਾਣੀ ਪੀਂਦੇ ਆ ਹਾਂ ਠੰਡਾ ਨਹੀਂ ਨਾ ਪੀਂਦੇ ਪੀ ਲੈਂਦੇ ਆ ਵੀ ਇੰਨਾ ਠੰਡਾ ਨਹੀਂ ਪੀਂਦੇ ਹਾਂ ਹੋਰ ਕਿੰਨਾ ਠੰਡਾ ਪੀਂਦੇ ਆ ਮਗਰ ਮਗਰ ਹਾਂਜੀ ਹੁਣ ਆਪਾਂ ਲੱਗੇ ਡਿਨਰ ਕਰਨ ਕਿਉਂਕਿ ਰੋਟੀ ਸਾਡੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਲੱਗੇ ਹਾਂ ਰੋਟੀ ਖਾਣ ਰਾਤ ਦਾ ਡਿਨਰ ਫਿਰ ਰੋਟੀ ਖਾ ਕੇ ਤੇ ਆਪਾਂ ਜਾਵਾਂਗੇ ਮੈਂ ਤੈਨੂੰ ਜਾਂਦਾ ਝੂਟੇ ਵੀ ਲੈ ਕੇ ਆਉਂਗੀ ਊਠ ਵਗੈਰਾ ਹੁੰਦੇ ਆ ਤੇ ਮੈਂ ਅੱਜ ਝੂਟੇ ਵੀ ਲੈ ਕੇ ਆਉਂਗੀ ਠੀਕ ਹੈ ਮੈਂ ਕੀ ਬੋਲ ਰਹੀ ਹਾਂ ਮੈਂ ਕਿਹਾ ਅੱਜ ਮੈਂ ਝੂਟੇ ਵੀ ਲੈ ਕੇ ਆਉਂਗੀ ਤੇ ਹੁਣ ਆਪਾਂ ਮੇਲੇ ਤੇ ਜਾਣੇ ਆ ਵਲੌਗ ਨਾਲ ਜੁੜੇ ਰਹੋ ਚਲੋ ਚਲੋ ਚਲੀਏ ਕੋਈ ਇੱਧਰ ਬਹੁਤ ਸੋਹਣੀ ਡੈਕੋਰੇਟ ਕੀਤਾ ਹੋਇਆ ਵਾ ਗੁਰਦੁਆਰਾ ਸਾਹਿਬ ਉੱਧਰ ਉੱਪਰੋਂ ਵੀ ਕੀਤਾ ਹੁੰਦਾ ਹੋਇਆ ਉਹ ਦਿਖਦਾ ਨਹੀਂ ਪਿਆ ਇੱਧਰ ਦੇਖੋ ਇੱਥੋਂ ਗਲਾਸ ਪਲਾਸਟਿਕ ਨੋਨ ਬ੍ਰੇਕੇਬਲ ਗਲਾਸ ਆ ਗਾ ਪਲੇਟਾਂ 100-100 ਰੁਪਏ ਦੀਆਂ ਬਹੁਤ ਸੋਹਣਾ ਸਮਾਨ ਆਇਆ ਐਤਕੀ ਤਾਂ ਮੇਲੇ 'ਚ ਲਾਈਟਿੰਗ ਆ ਸਾਰੀ ਰੋਡ ਤੇ ਲਾਈ ਹੋਈ ਆ ਗੁਰਦੁਆਰੇ ਦੀ ਇੱਥੋਂ ਗੁਰਦੁਆਰੇ ਦਾ ਰੋਡ ਸਟਾਰਟ ਹੋ ਜਾਂਦਾ ਸਾਹਮਣੇ ਸਿੱਧਾ ਇੱਥੋਂ ਗੁਰਦੁਆਰਾ ਲੱਭਦਾ ਗਾ ਸ਼੍ਰੀ ਦਮਦਮਾ ਸਾਹਿਬ ਜੇ ਆਪਾਂ ਬੱਸ ਸਟੈਂਡ ਤੋਂ ਆਉਂਦੇ ਹਾਂ ਨਾ ਤਾਂ ਪਹਿਲਾਂ ਆਪਾਂ ਨੂੰ ਆਹ ਆਊਗਾ ਇਹ ਇਹਨੂੰ ਕਹਿੰਦੇ ਆ ਏ ਗੇਟ ਝੂਮਰ ਲਾਇਆ ਹੋਇਆ ਇਹ ਗੇਟ ਤੇ ਲੈ ਹੁਣ ਆਹ ਰੇਟ ਲੈਣ ਲੱਗ ਗਏ ਤਲਵਾਰ ਆਇਰਨਮੈਨ 100 ਰੁਪਿਆ ਕਿੰਨੇ ਦੀ ਕਹਿੰਦਾ ਦੇ ਤੂੰ ਮਹਿੰਗਾ ਨੀ 80 ਦਾ ਦੇਖੋ ਤਲਵਾਰਾਂ ਲੈਣੀ ਰਾਤ ਹੀ ਚੱਲੂਗੀ ਦਿਨ ਕਿਤੋਂ ਚੱਲੂਗੀ ਮੰਮੀ ਵੀ ਗਵਾਲ ਹੀ ਕਰਦੀ ਆ ਵਿੱਚ ਉਹਨੇ ਨਹੀਂ ਲੈਣੇ ਪਏ ਮੈਨੂੰ ਲੱਗਦਾ ਨਹੀਂ ਲੈਣੇ ਤੈਨੂੰ ਟ੍ਰੇਨ ਲੈ ਕੇ ਚੱਲੀ ਬਹਿ ਜਾ ਟ੍ਰੇਨ ਤੇ ਝੂਟੇ ਲੱਗੇ ਹੈ
ढोलकियां लैती जवाकां नूं झूटे लग्या देखो छोटी किश्ती अच्छा हां है ना लगे बड़ी भी लगी आ इधर भी झूठे लगे दो थां ते झूठे लगे ऐतकी तां छोटा लगता मौत दा खून मन लगता कट्टा ही हुंदा देखो आ बड़ी बड़ा पंगूड़ा भी आया है आ किश्ती बड़ी लगती है मैनू पिछली बार ट्रेन से झूठा लिया ए तो इलावा और कितने नहीं लेंदी की नहीं लग्या बोटिंग निके जवाकां दी हाथ ना चलाउंदे आ देख ओ बज्जिया बच्चे एक दूजे दे ऐ देख आ चलाउंदा आ वधिया साढ़े वरेडी आए झूठे भी ले लेंदे